ਤਾਂ ਰੋਂਦੀ ਕਰਲਾਉਂਦੀ ਇਹ ਔਰਤ ਜਿਸ ਦਾ ਪਰਿਵਾਰਕ ਮੈਂਬਰ ਇੱਕ ਸੜਕੀ ਹਾਦਸੇ ਦੇ ਵਿੱਚ ਮਾਰਿਆ ਗਿਆ। ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਦੇ ਟਰਾਂਸਪੋਰਟ ਨਗਰ ਦੀਆਂ, ਜਿੱਥੇ ਇੱਕ ਟਰੱਕ ਦੀ ਚਪੇਟ 'ਚ ਆਉਣ ਕਰਕੇ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਦੀ ਪਹਿਚਾਣ ਨਰ ਬਹਾਦਰ ਹੋਈ ਹੈ, ਪ੍ਰਵਾਸੀ ਹੈ, ਜਲੰਧਰ ਦੇ ਵਿੱਚ ਰਹਿੰਦਾ ਸੀ, ਲਾਲ ਰੰਗ ਦੀ ਸਾਈਕਲ 'ਤੇ ਸਵਾਰ ਹੋ ਜਾ ਰਿਹਾ ਸੀ ਤਾਂ ਉਸਦੇ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਸਨੂੰ ਟੱਕਰ ਮਾਰੀ, ਫੇਂਟ ਮਾਰੀ, ਜਿਸ ਕਰਕੇ ਉਸਦੀ ਮੌਤ ਹੋ ਗਈ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚੀ। ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰ ਬਹੁਤ ਹੀ ਮੰਦਭਾਗੀ ਖਬਰ ਹੈ ਕਿ ਟਰੱਕ ਚਾਲਕ ਦੀ ਇੱਕ ਗਲਤੀ ਕਰਕੇ ਇੱਕ ਪੂਰਾ ਪਰਿਵਾਰ ਉੱਜੜ ਗਿਆ। ਪਰਿਵਾਰਕ ਮੈਂਬਰ ਦੇਖੋ ਕਿਵੇਂ ਰੋ ਰਹੇ ਨੇ, ਕੁਰਲਾ ਰਹੇ ਨੇ। ਵਿਛੜੇ ਹੋਏ ਪਰਿਵਾਰਕ ਮੈਂਬਰ ਨੂੰ, ਜਿਸ ਦੀ ਕਿ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ, ਉਸ ਨੂੰ ਯਾਦ ਕਰ ਕਰ ਰੋ ਰਹੇ ਨੇ, ਕਿਉਂਕਿ ਘਰੋਂ ਚੰਗਾ ਭਲਾ ਨਿਕਲਿਆ ਸੀ। ਨਰ ਬਹਾਦਰ ਸਾਈਕਲ 'ਤੇ ਸਵਾਰ ਹੋ ਕੇ, ਉਸਨੂੰ ਇਹ ਨਹੀਂ ਪਤਾ ਸੀ ਕਿ ਉਸਦਾ ਕਾਲ ਬਣ ਕੇ ਇਹ ਟਰੱਕ ਉਸਦੇ ਪਿੱਛੋਂ ਆਏਗਾ। ਤਾਂ ਤਸਵੀਰਾਂ ਜਲੰਧਰ ਦੇ ਟਰਾਂਸਪੋਰਟ ਨਗਰ ਦੀਆਂ, ਜਿੱਥੇ ਇੱਕ ਸ਼ਖਸ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਟਰੱਕ ਚਾਲਕ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਟਰੱਕ ਆ ਰਿਹਾ ਸੀ ਇੱਧਰ ਟਰਾਂਸਪੋਰਟ ਨਗਰ ਰੋਡ ਤੋਂ, ਇੱਧਰੋਂ ਨੇਪਾਲੀ ਆਇਆ ਇਸ ਸਾਈਡ ਤੋਂ, ਪਿਛਲੇ ਬੰਨੇ ਤੋਂ, ਤੇਜ਼ ਹੀ ਸਾਈਕਲ, ਉਹਦੀ ਬ੍ਰੇਕ ਨਹੀਂ ਲੱਗੀ, ਟਰੱਕ ਥੱਲੇ ਵੜ ਗਿਆ। ਆਉਣ ਦੀ ਸਪੋਰਟ ਡੈਥ ਹੋ ਗਈ ਸਰ, ਪਹਿਚਾਣ ਹੋਈ ਆ ਜੀ ਉਹਦੀ? ਹਾਂ, ਉਹਦੇ ਘਰ ਦੇ ਆ ਗਏ, ਪਹਿਚਾਣ ਹੋ ਗਈ। ਕੀ ਨਾਮ ਹੈ ਜੀ ਇਹਦਾ? ਨਾਂ ਇਹਦਾ ਹੈਗਾ ਜੀ, ਨਰ ਬਹਾਦਰ, ਨਿਊ ਹਰਗੋਬਿੰਦ ਨਗਰ ਦਾ ਰਹਿਣ ਵਾਲਾ, ਸਾਈਕਲ 'ਤੇ ਆ ਰਿਹਾ ਸੀ ਅਤੇ ਟਰੱਕ ਥੱਲੇ ਆਣ ਕੇ ਮੌਤ ਹੋ ਗਈ। ਸਰ ਟਰੱਕ ਚਾਲਕ ਫੜ ਲਿਆ? ਟਰੱਕ ਚਾਲਕ ਭੱਜ ਗਿਆ ਮੌਕੇ ਤੋਂ ਛੱਡ ਕੇ, ਟਰੱਕ ਕਾਬੂ ਕਰ ਲਿਆ। ਕੀ ਕਾਰਵਾਈ ਕਰ ਰਹੇ ਜੀ? ਬਸ ਪਰਚਾ ਦੇ ਰਹੇ। ਸਰ ਆਪਣਾ ਨਾਮ ਦੱਸ ਦਿਓ। ਬਲਜੀਤ ਸਿੰਘ, SI 68 2 No. 8। ਤਾਂ ਰੋਂਦੀ ਕਰਲਾਉਂਦੀ ਇਹ ਔਰਤ ਜਿਸ ਦਾ ਪਰਿਵਾਰਕ ਮੈਂਬਰ ਇੱਕ ਸੜਕੀ ਹਾਦਸੇ ਦੇ ਵਿੱਚ ਮਾਰਿਆ ਗਿਆ। ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਦੇ ਟਰਾਂਸਪੋਰਟ ਨਗਰ ਦੀਆਂ, ਜਿੱਥੇ ਇੱਕ ਟਰੱਕ ਦੀ ਚਪੇਟ 'ਚ ਆਉਣ ਕਰਕੇ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਦੀ ਪਹਿਚਾਣ ਨਰ ਬਹਾਦਰ ਹੋਈ ਹੈ, ਪ੍ਰਵਾਸੀ ਹੈ, ਜਲੰਧਰ ਦੇ ਵਿੱਚ ਰਹਿੰਦਾ ਸੀ, ਲਾਲ ਰੰਗ ਦੀ ਸਾਈਕਲ 'ਤੇ ਸਵਾਰ ਹੋ ਜਾ ਰਿਹਾ ਸੀ ਤਾਂ ਉਸਦੇ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਸਨੂੰ ਟੱਕਰ ਮਾਰੀ, ਫੇਂਟ ਮਾਰੀ, ਜਿਸ ਕਰਕੇ ਉਸਦੀ ਮੌਤ ਹੋ ਗਈ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚੀ। ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰ ਬਹੁਤ ਹੀ ਮੰਦਭਾਗੀ ਖਬਰ ਹੈ ਕਿ ਟਰੱਕ ਚਾਲਕ ਦੀ ਇੱਕ ਗਲਤੀ ਕਰਕੇ ਇੱਕ ਪੂਰਾ ਪਰਿਵਾਰ ਉੱਜੜ ਗਿਆ। ਪਰਿਵਾਰਕ ਮੈਂਬਰ ਦੇਖੋ ਕਿਵੇਂ ਰੋ ਰਹੇ ਨੇ, ਕੁਰਲਾ ਰਹੇ ਨੇ। ਵਿਛੜੇ ਹੋਏ ਪਰਿਵਾਰਕ ਮੈਂਬਰ ਨੂੰ, ਜਿਸ ਦੀ ਕਿ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ, ਉਸ ਨੂੰ ਯਾਦ ਕਰ ਕਰ ਰੋ ਰਹੇ ਨੇ, ਕਿਉਂਕਿ ਘਰੋਂ ਚੰਗਾ ਭਲਾ ਨਿਕਲਿਆ ਸੀ। ਨਰ ਬਹਾਦਰ ਸਾਈਕਲ 'ਤੇ ਸਵਾਰ ਹੋ ਕੇ, ਉਸਨੂੰ ਇਹ ਨਹੀਂ ਪਤਾ ਸੀ ਕਿ ਉਸਦਾ ਕਾਲ ਬਣ ਕੇ ਇਹ ਟਰੱਕ ਉਸਦੇ ਪਿੱਛੋਂ ਆਏਗਾ। ਤਾਂ ਤਸਵੀਰਾਂ ਜਲੰਧਰ ਦੇ ਟਰਾਂਸਪੋਰਟ ਨਗਰ ਦੀਆਂ, ਜਿੱਥੇ ਇੱਕ ਸ਼ਖਸ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਟਰੱਕ ਚਾਲਕ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਟਰੱਕ ਆ ਰਿਹਾ ਸੀ ਇੱਧਰ ਟਰਾਂਸਪੋਰਟ ਨਗਰ ਰੋਡ ਤੋਂ, ਇੱਧਰੋਂ ਨੇਪਾਲੀ ਆਇਆ ਇਸ ਸਾਈਡ ਤੋਂ, ਪਿਛਲੇ ਬੰਨੇ ਤੋਂ, ਤੇਜ਼ ਹੀ ਸਾਈਕਲ, ਉਹਦੀ ਬ੍ਰੇਕ ਨਹੀਂ ਲੱਗੀ, ਟਰੱਕ ਥੱਲੇ ਵੜ ਗਿਆ। ਆਉਣ ਦੀ ਸਪੋਰਟ ਡੈਥ ਹੋ ਗਈ ਸਰ, ਪਹਿਚਾਣ ਹੋਈ ਆ ਜੀ ਉਹਦੀ? ਹਾਂ, ਉਹਦੇ ਘਰ ਦੇ ਆ ਗਏ, ਪਹਿਚਾਣ ਹੋ ਗਈ। ਕੀ ਨਾਮ ਹੈ ਜੀ ਇਹਦਾ? ਨਾਂ ਇਹਦਾ ਹੈਗਾ ਜੀ, ਨਰ ਬਹਾਦਰ, ਨਿਊ ਹਰਗੋਬਿੰਦ ਨਗਰ ਦਾ ਰਹਿਣ ਵਾਲਾ, ਸਾਈਕਲ 'ਤੇ ਆ ਰਿਹਾ ਸੀ
ਤੇ ਟਰੱਕ ਥੱਲੇ ਆਣ ਕੇ ਮੌਤ ਹੋ ਗਈ। ਸਰ ਟਰੱਕ ਚਾਲਕ ਫੜ ਲਿਆ ਕਿ ਭੱਜ ਗਿਆ? ਟਰੱਕ ਚਾਲਕ ਭੱਜ ਗਿਆ ਮੌਕੇ ਤੋਂ ਛੱਡ ਕੇ, ਟਰੱਕ ਕਾਬੂ ਕਰ ਲਿਆ। ਕੀ ਕਾਰਵਾਈ ਕਰ ਰਹੇ ਜੀ? ਬਸ ਪਰਚਾ ਦੇ ਰਹੇ। ਸਰ ਆਪਣਾ ਨਾਮ ਦੱਸ ਦਿਓ। ਬਲਜੀਤ ਸਿੰਘ, SI 62 ਨੰਬਰ 8।